नजर आ रही ट्रैक्टर दियां ए लंबियां लाइनां फरीदकोट तो सामने आईयां ने जिथे किसान अपने ट्रैक्टर लैके पहुंचे हुए ने ट्रालियां दे विच ड्रम रखे हुए ने जिस दे विच डीजल पवाया जा रहा है। यूक्रेन अते रूस की लड़ाई कारण तेल की किल्लत हो सकती है किसानां दा अजिहा कहना है। यूक्रेन अते रूस दे युद्ध ने पंजाब दे फरीदकोट दे विच पेट्रोल पंप दे उत्ते अद्धी रात नूं लाइनां लगवा दित्तियां ने। किसानां दा कहना है कि तेल दीआं कीमतां विच वाधा हो सकदा है पर दूजे पासे पंप दे मालक दा कहना है कि तेल दी किल्लत नहीं आवेगी पर कीमतां दे विच वाधा जरूर हो सकदा है। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਪਤਾ ਕੀ ਰੂਸ ਦੀ ਅਤੇ ਯੂਕਰੇਨ ਦੀ ਲੜਾਈ ਕਰਕੇ ਕਿਸਾਨਾਂ ਦੇ ਵਿੱਚ ਡਰ ਪੈਦਾ ਹੋ ਗਿਆ। ਮੰਨ ਲਓ ਵੀ ਤੇਲ ਮਹਿੰਗਾ ਨਾ ਹੋ ਜੇ, ਜਿੱਦਾਂ ਪਹਿਲਾਂ ਯੂਰੀਆ ਦੀ DAP ਦੀ ਸ਼ਾਰਟ ਪੈ ਗਈ ਸੀ ਉਹਦੇ ਕਰਕੇ ਮੰਨ ਲਓ ਇਹ ਮਤਲਬ ਹੈ ਇੰਨਾ ਕਸ ਪੈ ਚੁੱਕਿਆ ਆਪਣੇ ਪੰਪ ਦੇ ਵਿੱਚ HP ਦੇ। ਹਾਂ ਹੋਰ ਕੋਈ ਵੀਰੇ ਇੱਦਾਂ ਦੇ ਕਿਸਾਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਵੈਸੇ ਰੇਟ ਵਧਣ ਦੀ ਅਫਵਾਹ ਮੰਨ ਲਓ ਫੈਲ ਚੁੱਕੀ ਆ ਕਿਸਾਨਾਂ ਦੇ ਵਿੱਚ, ਇਹਦੇ ਕਰਕੇ ਵੀ ਕਿਸਾਨ ਵੀਰ ਮੰਨ ਲਓ ਸਟੋਰ ਕਰਕੇ ਰੱਖਣਾ ਚਾਹੁੰਦੇ ਆ। ਯਾਨੀ ਕਿ ਹੋਰ ਕੋਈ ਵੀਰਾਂ 'ਚ ਕੋਈ ਮੰਨ ਲਓ ਪ੍ਰੋਬਲਮ ਹੈ ਨਹੀਂ ਮੰਨ ਲਓ ਕਿਸਾਨਾਂ ਵੀਰ 'ਚ। ਮੈਂ ਕੁਲਵਿੰਦਰ ਸਿੰਘ ਸੰਧੂ, ਸਤਿਕਰਤਾਰ HP ਸੈਂਟਰ ਪਿਪਲੀ ਫਰੀਦਕੋਟ, ਪੈਟਰੋਲ ਪੰਪ 'ਤੇ ਸਾਡੇ ਅੱਜ ਇੱਥੇ ਕਾਫੀ ਕਿਸਾਨ ਵੀਰ ਆਏ ਆ। ਕਿਸਾਨ ਵੀਰਾਂ 'ਚ ਇਹ ਡਰ ਹੈ ਕਿ ਕਿਤੇ ਜੋ ਯੂਕਰੇਨ ਅਤੇ ਰੂਸ ਦੀ ਲੜਾਈ ਲੱਗੀ ਹੋਈ ਹੈ ਉਹਦੇ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਜਾ ਰਿਹਾ ਅਤੇ ਵੀ ਤੇਲ ਦੀ ਸਪਲਾਈ ਦੇ ਵਿੱਚ ਵੀ ਫਰਕ ਪੈ ਸਕਦਾ। ਉਸ ਸੰਬੰਧ ਵਿੱਚ ਹੁਣ ਰਾਤ ਦੇ 9 ਵਜੇ ਹੈ ਅਤੇ ਬਹੁਤ ਭਾਰੀ ਮਾਤਰਾ ਵਿੱਚ ਕਿਸਾਨ ਇੱਥੇ ਤੇਲ ਲੈਣ ਪਹੁੰਚੇ ਹੈ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਤੇਲ ਦੀ ਜੋ ਸਪਲਾਈ ਆ ਇੱਕਦਮ ਡਿਮਾਂਡ ਵਧਣੇ ਕਰਕੇ ਉਹਦੇ ਵਿੱਚ ਥੋੜ੍ਹੀ ਜਿਹੀ ਰੁਕਾਵਟ ਆ ਰਹੀ ਹੈ। ਬਾਕੀ ਜਿਸ ਤੱਕ ਰੇਟ ਵਧਣ ਦੀ ਗੱਲ ਹੈ, ਰੇਟ ਹੋ ਸਕਦਾ ਵੀ UP ਦੇ ਇਲੈਕਸ਼ਨ ਤੋਂ ਬਾਅਦ ਥੋੜ੍ਹਾ ਬਹੁਤ ਵਧੇ, ਪਰ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ। ਤੇਲ ਸਾਰਿਆਂ ਨੂੰ ਮਿਲੂਗਾ, ਹਜੇ ਆਪਣੀ ਫਸਲ ਦੇ ਵਿੱਚ 1 ਮਹੀਨੇ ਦਾ ਸਮਾਂ ਪਿਆ ਹੈ ਅਤੇ 7 ਤਰੀਕ ਤੱਕ ਵੈਸੇ ਵੀ ਤੇਲ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਰਾਮ ਨਾਲ ਤੇਲ ਲੈ ਜਾਓ, ਹਜੇ ਕੋਈ ਬਲਾ ਘਬਰਾਉਣ ਦੀ ਲੋੜ ਨਹੀਂ। ਤੇਲ ਸਾਰਿਆਂ ਨੂੰ ਮਿਲੂਗਾ, ਤੇਲ ਦਾ ਸਟੋਕ ਪਿੱਛੇ ਵਾਧੂ ਹੈ। ਡੀਪੂ ਦੇ ਵਿੱਚ ਵੀ ਡਿਮਾਂਡ ਵਧਣ ਕਰਕੇ ਸਪਲਾਈ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ, ਪਰ ਹੁਣ ਹੌਲੀ ਹੌਲੀ ਉਹ ਸਾਰਾ ਸਿਸਟਮ ਸੁਧਰ ਰਿਹਾ। ਇਸ ਕਰਕੇ ਬੇਨਤੀ ਹੈ ਕਿ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ, ਤੇਲ ਸਾਰਿਆਂ ਨੂੰ ਮਿਲੂਗਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।